ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਪੰਜਾਬੀ మీడియం ਕਲਾਸ 9ਵੀਂ ਆਪਾਂ ਚੈਪਟਰ ਕਰ ਰਹੇ ਆ ਬੋਪਦ ਚੈਪਟਰ ਨੰਬਰ 2 ਹੈ ਇੰਗਲਿਸ਼ ਦੇ ਵਿੱਚ ਇਹਨੂੰ ਪੋਲੀਨੋਮੀਅਲ ਕਹਿੰਦੇ ਆ ਐਕਸਰਸਾਈਜ਼ 2.4 ਦਾ ਆਪਾਂ ਕੁਐਸਚਨ ਨੰਬਰ 4 ਕਰਨ ਜਾ ਰਹੇ ਆ ਜਿੰਦੇ ਵਿੱਚ ਆਪਾਂ ਕਿ ਗੁਣਨਖੰਡ ਪਤਾ ਕਰਨੇ ਆ ਪਹਿਲਾ ਗੁਣਨਖੰਡ ਦਾ ਮੀਨਿੰਗ ਸਮਝੋ ਗੁਣਨਖੰਡ ਦਾ ਮੀਨਿੰਗ ਕੀ ਹੁੰਦਾ ਦੇਖੋ ਆਪਾਂ ਨੂੰ ਵਰਡ ਲਿਖਿਆ ਹੁੰਦਾ ਗੁਣਾਣ ਖੰਡ ਹੁਣ ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਕਿਹੜਾ ਕਿਹੜਾ ਸ਼ਬਦ ਹੈ ਇੱਕ ਸ਼ਬਦ ਹੈ ਗੁਣਨ ਇੱਕ ਸ਼ਬਦ ਹੈ ਗੁਣਨ ਦੂਜਾ ਕੀ ਹੈ ਖੰਡ ਹੁਣ ਗੁਣਨ ਦਾ ਮਤਲਬ ਕੀ ਹੁੰਦਾ ਹੈ ਗੁਣਾ ਗੁਣਨ ਦਾ ਮਤਲਬ ਕੀ ਹੁੰਦਾ ਹੈ ਗੁਣਾ ਖੰਡ ਦਾ ਮਤਲਬ ਕੀ ਹੁੰਦਾ ਹੈ ਭਾਗ ਗੁਣਨ ਦਾ ਮਤਲਬ ਗੁਣਾ ਹੁੰਦਾ ਹੈ ਖੰਡ ਦਾ ਮਤਲਬ ਕੀ ਹੁੰਦਾ ਹੈ ਭਾਗ ਹੁੰਦਾ ਹੁਣ ਦੇਖੋ ਆਪਾਂ ਕੀ ਹੈ ਜੋ ਇਹ ਵਾਲਾ ਕੁਐਸਚਨ ਹੈ ਇਹਨੂੰ ਦੋ ਭਾਗਾਂ ਦੇ ਵਿੱਚ ਤੋੜਨਾ ਹੈ ਜਦੋਂ ਆਪਾਂ ਉਹਨਾਂ ਨੂੰ ਗੁਣਾ ਕਰੀਏ ਆਪਣੇ ਕੋਲ ਇਹ ਚੀਜ਼ ਵਾਪਸ ਬਣ ਜੇ ਠੀਕ ਹੈ ਹੁਣ ਆਪਣੇ ਕੋਲ ਕੀ 2 ਘਾਤੀ ਬੋਪਾ ਦਿੱਤਾ ਹੋਇਆ 2 ਘਾਤੀ ਬੋਪਾ 2 ਘਾਤੀ ਬੋਪਾ ਦਾ ਮਤਲਬ ਜਿੰਦੀ ਘਾਤ ਕਿੰਨੀ ਹੋਵੇ 2 ਘਾਤ ਕਿੰਨੀ ਹੁੰਦੀ ਹੈ 2 ਹੁੰਦੀ ਹੈ ਆਪਾਂ ਇਹਨੂੰ 2 ਭਾਗਾਂ ਦੇ ਵਿੱਚ ਤੋੜਨਾ ਹੈ ਜਿਨ੍ਹਾਂ ਨੂੰ ਵਾਪਸ ਗੁਣਾ ਕਰੀਏ ਤਾਂ ਆਪਣੇ ਕੋਲੇ ਹੀ ਚੀਜ਼ ਬਣ ਜੇ ਤਾਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਨਿਸ਼ਾਨ ਚਿੰਨ ਯਾਦ ਰੱਖਣੇ ਆਉਣਗੇ ਠੀਕ ਹੈ ਕੁਐਸਚਨ ਦੇ ਵਿੱਚ ਕੀ ਦਿੱਤਾ ਹੈ ਤੇ ਕੀ ਆਪਾਂ ਲੈ ਕੇ ਚੱਲਣਾ ਜਿਵੇਂ ਇੱਥੇ ਆਪਾਂ ਨੂੰ ਪਲੱਸ ਤੇ ਪਲੱਸ ਦਿੱਤਾ ਹੋਇਆ ਤਾਂ ਆਪਾਂ ਕੀ ਕਿਹੜੇ ਕਿਹੜੇ ਲੈ ਕੇ ਚੱਲਦੇ ਪਲੱਸ ਲੈ ਕੇ ਚੱਲਣਾ ਹੈ ਮਾਈਨਸ ਲੈ ਕੇ ਚੱਲਣਾ ਹੈ ਉਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਤੁਸੀਂ ਧਿਆਨ ਰੱਖਣਾ ਹੈ ਦੇਖੋ ਜਦੋਂ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤਾ ਆ ਪਲੱਸ ਪਲੱਸ ਜਾਂ ਮਾਈਨਸ ਪਲੱਸ ਪਲੱਸ ਮਾਈਨਸ ਜਾਂ ਮਾਈਨਸ ਮਾਈਨਸ ਇਹ ਚਾਰ ਹੀ ਕੇਸ ਹੋਣਗੇ ਆਪਣੇ ਕੋਲ ਜਾਂ ਤਾਂ ਪਲੱਸ ਪਲੱਸ ਦਿੱਤਾ ਹੋਏਗਾ ਜਾਂ ਪਲੱਸ ਮਾਈਨਸ ਜਾਂ ਸੋਰੀ ਮਾਈਨਸ ਪਲੱਸ ਜਾਂ ਪਲੱਸ ਮਾਈਨਸ ਤੇ ਜਾਂ ਫਿਰ ਦੋਵੇਂ ਮਾਈਨਸ ਇਹ ਚੀਜ਼ ਆਪਾਂ ਨੂੰ ਦਿੱਤੀ ਹੋਏਗੀ ਕੁਐਸਚਨ ਦੇ ਵਿੱਚ ਆਪਾਂ ਵਰਤਨੀ ਕਿਹੜੀ ਆ ਵਰਤੋਂ ਕਰਨੀ ਕਿਹੜੀ ਵਰਤੋਂ ਕਰਨੀ ਆ ਪਲੱਸ ਪਲੱਸ ਮਾਈਨਸ ਮਾਈਨਸ ਪਲੱਸ ਮਾਈਨਸ ਤੇ ਮਾਈਨਸ ਪਲੱਸ ਧਿਆਨ ਰੱਖਣਾ ਹੈ ਜਿਹੜੇ ਇਹ ਵਾਲੇ ਨੇ ਸਾਰੀ ਲਾਈਨ ਇਹ ਆਪਾਂ ਵੱਡੇ ਨੰਬਰ ਦੇ ਅੱਗੇ ਲਿਖਨੇ ਆ ਇਹ ਆਪਾਂ ਕੀ ਹੈ ਛੋਟੇ ਨੰਬਰ ਦੇ ਅੱਗੇ ਲਿਖਨੇ ਇਹ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਜੇਕਰ ਇਹ ਖਾਸ ਤੌਰ ਤੇ ਧਿਆਨ ਰੱਖ ਲੋਗੇ ਕੁਐਸਚਨ ਕੀ ਹੋ ਜਾਏਗਾ ਆਸਾਨ ਹੋ ਜਾਏਗਾ ਪਹਿਲੇ ਵਾਲੇ ਜਿਹੜੇ ਨੇ ਇਹ ਵੱਡੇ ਦੇ ਅੱਗੇ ਇਹ ਵਾਲੇ ਆਪਾਂ ਕੀ ਹੈ ਛੋਟੇ ਦੇ ਅੱਗੇ ਰੱਖਣੇ ਆ ਹੁਣ ਆਪਾਂ ਕਰਨਾ ਕਿਵੇਂ ਧਿਆਨ ਨਾਲ ਸਮਝੋ ਆਪਾਂ ਹੀ ਕਰਨਾ ਜਿਹੜਾ ਵਿਚਾਲੇ ਵਾਲਾ ਇਹ ਵਿਚਾਲੇ ਵਾਲੀ ਟਰਮ ਹੈ ਇਹਨੂੰ ਕੀ ਬ੍ਰੇਕ ਕਰਨਾ ਹੈ ਇਨੂੰ ਦੋ ਭਾਗਾਂ ਦੇ ਵਿੱਚ ਤੋੜਨਾ ਹੈ ਜਿਨ੍ਹਾਂ ਦਾ ਜੋੜ ਕਿੰਨਾ ਬਣੇ 7 ਬਣੇ ਤੇ ਗੁਣਾ ਕਿੰਨੀ ਬਣੇ ਆ ਦੋਵੇਂ ਚੀਜ਼ਾਂ ਗੁਣਾ ਕਿੰਨੀ ਹੁੰਦੀ ਹੈ ਪਹਿਲੇ ਤੇ ਤੀਜੇ ਦੀ ਜੋੜ ਕਿੰਨਾ ਹੁੰਦਾ ਵਿਚਾਲੇ ਵਾਲ ਦਾ ਤਾਂ ਆਪਾਂ ਪਹਿਲਾਂ ਲਿਖਾਂਗੇ ਆਪਾਂ ਨੂੰ ਜੋੜ ਕਿੰਨਾ ਚਾਹੀਦਾ ਜੋੜ ਚਾਹੀਦਾ ਮੈਨੂੰ ਪਲੱਸ ਦਾ 7x ਨਿਸ਼ਾਨ ਜ਼ਰੂਰ ਲਿਖਣਾ ਹੈ ਪਲੱਸ ਦਾ ਪਲੱਸ ਮਾਈਨਸ ਦਾ ਮਾਈਨਸ ਗੁਣਾ ਕਿੰਨੀ ਚਾਹੀਦੀ ਹੈ ਗੁਣਾ ਕਿੰਨੀ ਚਾਹੀਦੀ ਹੈ 3 ਨੂੰ 2 ਨਾਲ ਕੀਤਾ ਕਿੰਨਾ ਆ ਗਿਆ 6 ਨਾਲ ਕਿੰਨਾ ਆ ਗਿਆ x² ओके ਮਤਲਬ ਆਪਾਂ ਵਿਚਾਲੇ ਵਾਲੇ ਨੂੰ ਦੋ ਭਾਗਾਂ ਦੇ ਵਿੱਚ ਤੋੜਨਾ ਹੈ ਜਦੋਂ ਤਾਂ ਆਪਾਂ ਜੋੜ ਕਰੀਏ 7 7x ਬਨਜੇ ਜੇ ਗੁਣਾ ਕਰੀਏ ਤਾਂ ਕੀ ਹੈ 6x2 ਬਨਜੇ ਹੁਣ ਆਪਾਂ ਇਹ ਜੇ ਕੀ ਹੈ ਫੈਕਟਰ ਲੱਭਣਿਆ ਜੇ ਗੁਣਨਖੜ ਲੱਭਣਿਆ ਕਿਜ ਬਨਣਗੇ ਹੁਣ ਆਪਾਂ 6 ਨੂੰ ਲੈ ਕੇ ਚੱਲਾਂਗੇ ਦੇਖੋ ਜਦੋਂ 6 ਨੂੰ ਲੈ ਕੇ ਚਲੋਗੇ 6 ਕਿਵੇਂ ਬਨਦਾ ਹੈ 6 ਬਨਦਾ ਹੈ 3 2 6 ਤੇ 6 1 6 6 ਨੂੰ ਬਣਾਉਣ ਦੇ ਦੋ ਹੀ ਤਰੀਕੇ ਆ ਜਾਂ ਤਾਂ 3 ਨੂੰ 2 ਨਾਲ ਗੁਣਾ ਕਰੋ ਜਾਂ 6 ਨੂੰ 1 ਨਾਲ ਗੁਣਾ ਕਰੋ ਵੈਸੇ 2 3 ਵੀ ਹੁੰਦਾ ਪਰ ਆਪਾਂ ਹਮੇਸ਼ਾ ਵੱਡਾ ਅੱਗੇ ਰੱਖਾਂਗੇ ਛੋਟਾ ਕੀ ਰੱਖਾਂਗੇ ਪਿੱਛੇ ਵੱਡਾ ਅੱਗੇ ਰੱਖਾਂਗੇ ਛੋਟਾ ਕੀ ਰੱਖਾਂਗੇ ਪਿੱਛੇ ਹੁਣ ਦੋ ਕੇਸ ਆ ਗਏ ਦੋਵਾਂ ਦੇ ਵਿੱਚੋਂ ਆਪਾਂ ਇੱਕ ਸਿਲੈਕਟ ਕਰਨਾ ਹੈ ਸਹੀ ਕਿਹੜਾ ਆਪਣੇ ਕੋਲ ਦੋ ਕੇਸ ਆ ਗਏ ਦੋ ਆਪਸ਼ਨ ਆ ਗਏ ਨਾ ਜਿਹੜਾ ਇੱਕ ਸਿਲੈਕਟ ਕਰਨਾ ਹੈ ਕਿਹੜਾ ਤਾਂ ਆਪਾਂ ਚੈੱਕ ਕਰਾਂਗੇ ਇਹਨਾਂ ਨਾਲ ਇਹਨਾਂ ਦੀ ਵਰਤੋਂ ਨਾਲ ਆਪਾਂ ਚੈੱਕ ਕਰਾਂਗੇ ਕੁਐਸਚਨ ਦੇ ਵਿੱਚ ਕੀ ਦਿੱਤਾ ਆ ਪਲੱਸ ਤੇ ਪਲੱਸ ਆਪਾਂ ਵਰਤੋਂ ਕਿੰਦੀ ਕਰਨੀ ਆ ਪਲੱਸ ਤੇ ਪਲੱਸ ਦੀ ਦੇਖੋ ਪਲੱਸ ਦਾ 3 ਹੈ ਪਲੱਸ ਦਾ 2 ਹੈ ਕਿੰਨਾ ਬਣ ਗਿਆ ਪਲੱਸ ਦਾ 5 ਬਣ ਗਿਆ ਮੈਂ ਕਿਹਾ ਸੀ ਵੱਡੇ ਅੱਗੇ ਪਹਿਲਾ ਠੀਕ ਹੈ ਤੇ ਛੋਟੇ ਅੱਗੇ ਦੂਜਾ ਸੋ ਪਲੱਸ ਦੇ ਤਿੰਨ ਆਗੇ ਪਲੱਸ ਦੇ ਦੋ ਆਗੇ ਕਿੰਨੇ ਬਣ ਗਏ ਪਲੱਸ ਦੇ ਪੰਜ ਪਰ ਮੈਨੂੰ ਚਾਹੀਦੇ ਕਿੰਨੇ ਆ 7 ਚਾਹੀਦੇ ਆ ਤਾਂ ਇਹ ਵਾਲਾ ਕੇਸ ਤਾਂ ਫੇਲ ਹੋ ਗਿਆ ਇਹ ਆਪਣੇ ਕੋਲ ਨਹੀਂ ਲੱਗ ਸਕਦਾ ਠੀਕ ਹੈ ਇਹ ਕੇਸ ਆਪਣੇ ਕੋਲ ਕੀ ਹੋ ਗਿਆ ਫੇਲ ਹੋ ਗਿਆ ਹੁਣ ਆਪਾਂ ਸੈਕਿੰਡ ਨੂੰ ਚੈੱਕ ਕਰਦੇ ਆ ਸੈਕਿੰਡ ਨੂੰ ਕਿਵੇਂ ਚੈੱਕ ਕਰਾਂਗੇ ਪਲੱਸ ਤੇ 6 ਤੇ ਪਲੱਸ ਦਾ 1 ਵੱਡੇ ਅੱਗੇ ਵੀ ਪਲੱਸ ਛੋਟੇ ਅੱਗੇ ਵੀ ਪਲੱਸ ਦੇਖੋ ਨਿਸ਼ਾਨ ਕਿਹੜਾ ਆ ਰਿਹਾ ਪਹਿਲਾ ਕੇਸ ਚੱਲ ਰਿਹਾ ਪਹਿਲਾ ਕੇਸ ਇਹ ਆਪਾਂ ਨੂੰ ਦਿੱਤਾ ਇਹ ਆਪਾਂ ਕੀ ਆ ਵਰਤੋਂ ਕਰਨੀ ਹੈ ਪਲੱਸ ਦਾ 6 ਤੇ ਪਲੱਸ ਦਾ 1 ਕਿੰਨਾ ਹੋ ਗਿਆ ਪਲੱਸ ਦਾ 7 ਹੋ ਗਿਆ ਮੈਨੂੰ ਵੀ ਕਿੰਨਾ ਚਾਹੀਦਾ 7 ਇੱਥੇ ਵੀ ਕਿੰਨਾ ਬਣ ਰਿਹਾ 7 ਮਤਲਬ ਇਹ ਵਾਲਾ ਕੇਸ ਆਪਣੇ ਕੋਲ ਕੀ ਆ ਪਾਸ ਹੋ ਗਿਆ ਇਹ ਕੇਸ ਆਪਣੇ ਕੋਲ ਸਹੀ ਹੈ ਠੀਕ ਹੈ ਹੁਣ ਲਿਖਣਾ ਕਿਵੇਂ ਦੋ ਐਕਸ ਨੂੰ ਅੱਗੇ 2x² ਨੂੰ ਸੇਮ ਲਿਖਾਂਗੇ ਤੇ ਪਲੱਸ ਦੇ 3 ਨੂੰ ਵੀ ਕੀ ਲਿਖਾਂਗੇ ਆਪਾਂ ਸੇਮ ਲਿਖਾਂਗੇ ਏ ਪਿਤਾ ਜੀ ਹੈ ਏ ਵੀ ਸੇਮ ਆਗੇ ਮਾਤਾ ਜੀ ਹੈ ਏ ਵੀ ਸੇਮ ਆਗੇ ਠੀਕ ਹੈ ਪਪਾ ਜੀ ਵੀ ਸੇਮ ਆਗੇ ਤੇ ਮੰਮੀ ਜੀ ਵੀ ਕੀ ਆਗੇ ਸੇਮ ਆਗੇ ਵੱਡਾ ਬ੍ਰਦਰ ਕੌਣ ਹੈ ਪਲੱਸ ਦਾ 6 ਤੇ ਛੋਟਾ ਬ੍ਰਦਰ ਕੌਣ ਹੈ ਪਲੱਸ ਦਾ 1 ਹੁਣ ਇੱਥੇ ਦੋ ਚੀਜ਼ਾਂ ਮਿਸਿੰਗ ਹੈ ਦੋ ਚੀਜ਼ਾਂ ਮਿਸਿੰਗ ਕੀ ਹੈ ਮੰਨ ਲਓ ਪਿਤਾ ਦਾ ਨਾਮ ਕੀ ਹੈ ਰਾਮ ਸਿੱਧੂ ਪਿਤਾ ਦਾ ਨਾਮ ਹੈ ਰਾਮ ਸਿੱਧੂ ਠੀਕ ਹੈ ਪੁੱਤਰ ਦਾ ਨਾਮ ਹੈ ਸਿਮਰਨ ਪੁੱਤਰ ਦਾ ਨਾਮ ਕੀ ਹੈ ਸਿਮਰਨ ਜੇ ਪਿਓ ਦੀ ਕਾਸਟ ਸਿੱਧੂ ਹੈ ਤਾਂ ਬੇਟੇ ਦੀ ਕਾਸਟ ਵੀ ਕੀ ਹੋਏਗੀ ਸਿੱਧੂ ਜੇ ਪਿਓ ਕਾਸਟ ਦੇ ਕੀ ਲਾਉਂਦਾ ਸਿੱਧੂ ਤਾਂ ਬੇਟੇ ਦੇ ਵੀ ਕੀ ਹੋਏਗੀ ਸਿੱਧੂ ਹੋਏਗੀ ਨਾ ਹੁਣ ਪਿਓ ਦੀ ਕਾਸਟ ਕਿੰਨੀ ਹੈ ਐਕਸ ਤਾਂ ਵੱਡੇ ਬੇਟੇ ਨਾਲ ਵੀ ਐਕਸ ਲੱਗੇਗਾ ਛੋਟੇ ਬੇਟੇ ਨਾਲ ਕੀ ਲੱਗੇਗਾ ਐਕਸ ਲੱਗੇਗਾ ਓਕੇ ਮਾਤਾ ਦੀ ਕਾਸਟ ਨਹੀਂ ਲਿਖੀ ਜਾਂਦੀ ਕਿਉਂਕਿ ਇੱਕ ਪੇਕੇ ਵਾਲੇ ਪਾਸੋਂ ਹੁੰਦੀ ਹੈ ਇੱਕ ਸਹੁਰੇ ਵਾਲੇ ਪਾਸੋਂ ਹੁੰਦੀ ਹੈ ਤਾਂ ਆਪਾਂ ਲਿਖਦੇ ਨਹੀਂ ਠੀਕ ਹੈ ਮੋਸਟਲੀ ਲੇਡੀਜ਼ ਬਹੁਤ ਘੱਟ ਆਪਦੀ ਕਾਸਟ ਲਿਖਦੀ ਹੈ ਕਿਉਂ ਕਿ ਇੱਕ ਪੇਕੇ ਵਾਲੀ ਹੁੰਦੀ ਹੈ ਬਾਅਦ ਚ ਕੀ ਹੈ ਸਹੁਰਿਆਂ ਵਾਲੀ ਹੁੰਦੀ ਹੈ ਲੈਡੀਜ਼ ਘੱਟ ਹੀ ਲਿਖਦੀ ਹੈ ਓਕੇ ਤਾਂ ਆਪਾਂ ਕੀ ਕਰਨਾ ਹੈ ਪਹਿਲੇ ਤਿੰਨਾਂ ਨਾਲ ਲਿਖਣੀ ਕਾਸਟ ਜਿਹੜਾ ਪਹਿਲੇ ਨੰਬਰ ਤੇ ਹੈ ਜਿਹੜੀ ਪਿਓ ਦੀ ਕਾਸਟ ਹੈ ਉਹ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਹੋਏਗੀ ਠੀਕ ਹੈ ਇੱਥੇ ਆਪਾਂ ਕੋਈ ਕਾਸਟ ਨਹੀਂ ਲਿਖਣੀ ਇੰਨਾ ਕੰਮ ਹੋ ਗਿਆ ਆਪਣਾ ਹੁਣ ਆਪਾਂ ਕੀ ਕੱਢਨੇ ਆ ਸਾਂਝੇ ਕੱਢਨੇ ਆ ਹੁਣ ਆਪਾਂ ਕੀ ਕੱਢਨੇ ਆ ਸਾਂਝੇ ਕੱਢਨੇ ਆ ਤਾਂ ਦੇਖੋ ਸਾਂਝੇ ਕਿਵੇਂ ਨਿਕਲਣਗੇ ਇਹਨਾਂ ਦੋਵਾਂ ਚੋਂ ਸਾਂਝਾ ਕੱਢਣਾ ਆਪਾਂ ਤਾਂ ਕਿਵੇਂ ਲਿਖਾਂਗੇ 2x² ਨੂੰ 2x² ਨੂੰ ਕਿਵੇਂ ਲਿਖਾਂਗੇ ਜਿਵੇਂ ਆਪਾਂ ਰੋਟੀ ਖਾਂਦੇ ਆ ਰੋਟੀ ਸਾ ਗੋਲ ਹੁੰਦੀ ਆ ਸਾਰੀ ਤਾਂ ਨਹੀਂ ਚੱਕ ਕੇ ਖਾਂਦੇ ਆਪਾਂ ਛੋਟੇ ਛੋਟੇ ਟੁਕੜੇ ਕਰਕੇ ਖਾਂਦੇ ਆ ਠੀਕ ਹੈ ਤਾਂ ਕਿ ਆਰਾਮ ਨਾਲ ਪਚ ਸਕੇ ਜੇ ਆਪਾਂ ਸਿੱਧੀ ਖਾਵਾਂਗੇ ਤਾਂ ਕੀ ਇਹ ਪੇਟ ਵੀ ਖਰਾਬ ਹੋ ਸਕਦਾ ਤਾਂ ਆਪਾਂ ਇਹਨੂੰ ਕਿ ਤੋੜਾਂਗੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਤੋੜਾਂਗੇ ਕਿਵੇਂ 2 x ਕੀ ਆ ਗਿਆ x ਆ ਗਿਆ 2x² ਨੂੰ ਕਿਵੇਂ ਲਿਖਿਆ 2 x x ਹੁਣ 6x ਨੂੰ ਕਿਵੇਂ ਲਿਖਾਂਗੇ 6 ਨੂੰ ਲਿਖਣ ਦਾ ਤਰੀਕਾ ਹੈ 2 3 x ਠੀਕ ਹੈ 6 ਨੂੰ ਕਿਵੇਂ ਲਿਖਿਆ 2 3 ਕੀ ਆ ਗਿਆ x ਆ ਗਿਆ ਸਾਂਝਾ ਕੀ ਆ ਗਿਆ 1 ਤਾਂ 2 ਆ ਗਿਆ ਨਾਲ ਕੀ ਆ ਗਿਆ x ਆ ਗਿਆ ਠੀਕ ਹੈ ਸਾਂਝਾ ਕੀ ਆ ਗਿਆ 1 ਤਾਂ 2 ਆ ਗਿਆ ਨਾਲ ਕੀ ਆ ਗਿਆ x ਆ ਗਿਆ 2x ਆ ਗਿਆ ਸਾਂਝਾ ਠੀਕ ਹੈ ਪਹਿਲੇ ਦੋਵਾਂ ਦੇ ਵਿੱਚੋਂ 2x ਕੀ ਆ ਗਿਆ ਸਾਂਝਾ ਇੱਥੇ ਕੌਣ ਬਚ ਗਿਆ ਪਲੱਸ ਦਾ x ਇੱਥੇ ਕੀ ਆ ਗਿਆ ਪਲੱਸ ਦਾ 3 ਠੀਕ ਹੈ ਵਿਚਾਲੇ ਵਾਲਾ ਨਿਸ਼ਾਨ ਕੀ ਆਏਗਾ ਸੇਮ ਆਏਗਾ ਵਿਚਾਲੇ ਵਾਲਾ ਨਿਸ਼ਾਨ ਕੀ ਆਏਗਾ ਸੇ ਮੈਗਾ ਜੇ ਪਲੱਸ ਹੈ ਤਾਂ ਪਲੱਸ ਆਏਗਾ ਮਾਈਨਸ ਹੈ ਤਾਂ ਮਾਈਨਸ ਆਏਗਾ ਇਹਨਾਂ ਦੋਵਾਂ ਚ ਕਾਮਨ ਕੱਢ ਲਿਆ ਹੁਣ ਇਹਨਾਂ ਦੋਵਾਂ ਚ ਕਾਮਨ ਕੱਢਣਾ ਪਰ ਆਪਾਂ ਕਾਮਨ ਕੱਢਣਾ ਨਹੀਂ ਆਪਾਂ ਕੀ ਕਰਨਾ ਹੈ ਹਰੇਕ ਕੁਐਸਚਨ ਦੇ ਵਿੱਚ ਜੋ ਇਹ ਵਾਲੀ ਚੀਜ਼ ਆ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਕੌਣ ਹੈ 1x ਹੈ ਤੀਜੇ ਨੰਬਰ ਤੇ ਕੌਣ ਹੈ 1x ਹੈ ਹਮੇਸ਼ਾ ਹੀ ਬ੍ਰੈਕਟ ਦੇ ਅੰਦਰ ਜੋ ਪਹਿਲਾ ਹੈ ਇਹਦੇ ਨਾਲ ਡਿਵਾਈਡ ਕਰਾਂਗੇ x ਨਾਲ x ਕੱਟਿਆ ਗਿਆ ਤਾਂ ਇੱਥੇ ਕੀ ਬਚ ਗਿਆ ਪਲੱਸ ਦਾ 1 ਆਪਾਂ ਕਰਨਾ ਕੀ ਹੈ ਜਿਹੜਾ ਤੀਜੇ ਨੰਬਰ ਤੇ ਆ ਨਿਸ਼ਾਨ ਸਮੇਤ ਪਲੱਸ ਜਾਂ ਮਾਈਨਸ ਓਕੇ ਨਿਸ਼ਾਨ ਦੇ ਸਮੇਤ ਲੈ ਕੇ ਚੱਲਣਾ ਓਕੇ ਤਾਂ ਕਿੰਨਾ ਆ ਗਿਆ ਪਲੱਸ ਦਾ 1x ਡਿਵਾਈਡ ਕਿੰਦੇ ਨਾਲ ਕਰਨਾ ਹੈ ਬ੍ਰੈਕਟ ਦੇ ਅੰਦਰ ਪਹਿਲੇ ਨਾਲ ਪਹਿਲੇ ਨੰਬਰ ਤੇ ਕੌਣ ਹੈ x ਤਾਂ x ਨਾਲ x ਕੱਟਿਆ ਗਿਆ ਤਾਂ ਕਿੰਨਾ ਬਚ ਗਿਆ ਪਲੱਸ ਦਾ 1 ਕਿੰਨਾ ਬਚ ਗਿਆ ਪਲੱਸ ਦਾ 1 ਹੁਣ ਇਹੋ ਜੀ ਚੀਜ਼ ਇੱਥੇ ਕੀ ਆ ਗਈ ਸੇਮ ਆ ਗਈ ਇਹੋ ਜੀ ਚੀਜ਼ ਕੀ ਆ ਗਈ ਇੱਥੇ ਸੇਮ ਚੈੱਕ ਕਰਤਾ ਹੈ ਦੋਵੇਂ ਸੇਮ ਹੈ ਤਾਂ ਬਿਲਕੁਲ ਸਹੀ ਹੈ जेकर सेम नहीं है तो अपना क्वेश्चन कितना गलत हो गया ठीक है कि आ गया, होना अपना की आ गया। ए चीज़ आ एक तो देखो दो में सेम है यही आ गया एक्स प्लस तीन आ गया दूजा जो बारले पासे पारले पासे कौन है टू एक्स इधर कौन है वन आंसर कि आ गया टू एक्स प्लस वन तो यह बन गया अपने गुणन खंड बन गए ठीक है ਧਿਆਨ ਕਿੱਥੇ ਕਿੱਥੇ ਰੱਖਣਾ ਇੱਕ ਤਾਂ ਨਿਸ਼ਾਨ ਦਾ ਧਿਆਨ ਰੱਖਣਾ ਹੈ ਦੂਜਾ ਕੀ ਹੈ ਸਾਂਝਾ ਕਿਵੇਂ ਕੱਢਣਾ ਇਸ ਤਰ੍ਹਾਂ ਤੋੜ ਕੇ ਤੁਸੀਂ ਕੀ ਸਾਂਝਾ ਕਰ ਸਕਦੇ ਹੋ ਇੱਥੋਂ ਸਾਂਝਾ ਕਿਵੇਂ ਕੱਢੋਗੇ ਜੋ ਇਹ ਤੀਜੇ ਨੰਬਰ ਵਾਲਾ ਜਿਹੜਾ ਇਹ ਤੀਜੇ ਨੰਬਰ ਵਾਲਾ ਇਹਨੂੰ ਹਮੇਸ਼ਾ ਹੀ ਇਹ ਪਹਿਲੇ ਨਾਲ ਡਿਵਾਈਡ ਕਰੋਗੇ ਬ੍ਰੈਕਟ ਦੇ ਅੰਦਰ ਜੋ ਪਹਿਲੇ ਨੰਬਰ ਤੇ ਆ ਪਲੱਸ ਦਾ 1x ਨੂੰ x ਨਾਲ ਡਿਵਾਈਡ ਕੀਤਾ x ਨਾਲ x ਕੱਟ ਕੇ ਕਿੰਨਾ ਰਹਿ ਗਿਆ ਪਲੱਸ ਦਾ 1 ਪਲੱਸ ਦਾ 1 ਆ ਗਿਆ ਹੁਣ ਇਹ ਚੀਜ਼ ਤੇ ਇਹ ਚੀਜ਼ ਕੀ ਹੋਣੀ ਚਾਹੀਦੀ ਆ ਸੇਮ ਹੋਣੀ ਚਾਹੀਦੀ ਆ ਜੇ ਕਰਤਾਏ ਦੋਵੇਂ ਸੇਮ ਹੈ ਤਾਂ ਆਪਣਾ ਅਨਸਰ ਸਹੀ ਹੈ ਅਦਰਵਾਈਜ਼ ਆਪਣਾ ਕੀ ਹੈ ਗਲਤ ਇੱਕ ਹੋਰ ਕੁਐਸਚਨ ਕਰਦੇ ਆਪਾਂ ਇਹਦੇ ਨਾਲ ਦਾ ਹੀ ਕੁਐਸਚਨ ਇੱਕ ਹੋਰ ਸੋਲਵ ਕਰਦੇ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕੀ ਕੁਐਸਚਨ ਕੀ ਹੈ 6x2 5x ਕੀ ਹੈ 6 6x2 5x ਕੀ ਹੈ 6 ਹੁਣ ਤੁਸੀਂ ਇਹ ਦੇਖੋ ਕੇਸ ਕਿਹੜਾ ਪਹਿਲਾ ਪਲੱਸ ਹੈ ਦੂਜਾ ਮਾਈਨਸ ਪਹਿਲਾ ਪਲੱਸ ਦੂਜਾ ਮਾਈਨਸ ਇਹ ਵਾਲਾ ਕੇਸ ਹੈ ਆਪਣਾ ਠੀਕ ਹੈ ਇਹ ਵੜਾ ਕੇਸ ਆ ਗਿਆ ਹੁਣ ਆਪਾਂ ਇਹ ਕਰਨਾ ਜੋੜ ਕਿੰਨਾ ਹੈ ਜੋੜ ਕਿੰਨਾ ਲੈ ਕੇ ਚੱਲਾਂਗੇ ਆਪਾਂ ਜੋੜ ਆ ਗਿਆ ਪਲੱਸ ਦਾ 5x ਤੇ ਗੁਣਾ ਕਿੰਨੀ ਆ ਗਈ ਗੁਣਾ ਕਿੰਨੀ ਆ ਗਈ ਇਹਨਾਂ ਦੋਵਾਂ ਦੀ 6 ਨੂੰ 6 ਨਾਲ ਕੀਤਾ 36x² ਪਰ ਇੱਥੇ ਮਾਈਨਸ ਹੈ ਤਾਂ ਕੀ ਆ ਗਿਆ ਮਾਈਨਸ ਆ ਗਿਆ 6 ਨੂੰ 6 ਨਾਲ ਕੀਤਾ 36 ਨਾਲ x² ਸੇਮ ਆ ਗਿਆ ਇੱਥੇ ਮਾਈਨਸ ਹੈ ਤਾਂ ਇੱਥੇ ਕੀ ਆ ਜਾਏਗਾ ਮਾਈਨਸ ਆ ਜਾਏਗਾ ਇਹ ਚੀਜ਼ ਹੋ ਗਈ ਹੁਣ ਆਪਾਂ ਲੈ ਕੇ ਕਿੰਨੋਂ ਚਲਣਾ 36 ਨੂੰ ਲੈ ਕੇ ਚਲਣਾ ਬਣਾਉਣਾ ਕੀ ਹੈ 5 36 ਨੂੰ ਲੈ ਕੇ ਚੱਲਾਂਗੇ ਬਣਾਉਣਾ ਕੀ ਹੈ 5 ਤਾਂ ਆਪਾਂ ਕੇਸ ਦੇਖਦੇ ਹਾਂ ਕੀ ਕੀ ਬਣਨਗੇ ਤਾਂ ਸਾਰੇ ਕੇਸ ਦੇਖਾਂਗੇ ਦੇਖੋ 36 ਨੂੰ ਬਣਾਉਂਦਾ ਪਹਿਲਾ ਤਰੀਕਾ ਕੀ ਆ 36 1 36 ਦੂਜਾ ਤਰੀਕਾ 18 2 36 ਤੀਜਾ ਤਰੀਕਾ ਕੀ ਆ ਗਿਆ 12 3 36 ਚੌਥਾ ਕੀ ਆ ਗਿਆ 6 6 36 ਤੇ ਪੰਜਵਾਂ ਤਰੀਕਾ ਕੀ ਆ ਗਿਆ 9 4 36 ਇਹੀ ਬੰਦਿਆ ਨਾ ਕੇਸ 36 ਬਣਾਉਣਾ ਆਪਾਂ ਦੇਖੋ 36 1 36 18 2 36 12 3 36 6 6 36 9 4 36 ਇਹ ਤਾਂ ਆ ਗਏ ਪੰਜ ਕੇਸ ਹੁਣ ਪੰਜ অপਸ਼ਨ ਆ ਗਿਆ ਆਪਾਂ ਸਿਲੈਕਟ ਕਰਨਾ ਸਹੀ ਕਿਹੜਾ ਤਾਂ ਵਾਰੀ ਵਾਰੀ ਚੈੱਕ ਕਰਾਂਗੇ ਕੌਣ ਸਹੀ ਆ ਕੌਣ ਗਲਤ ਵੱਡੇ ਅੱਗੇ ਕੀ ਲਿਖਣਾ ਹੈ ਪਲੱਸ ਛੋਟੇ ਅੱਗੇ ਕੀ ਲਿਖਣਾ ਹੈ ਮਾਈਨਸ ਪਲੱਸ ਦੇ 36 ਮਾਈਨਸ ਦਾ 1 ਕਿੰਨੇ ਬਚ ਗਏ ਪਲੱਸ ਦੇ 35 ਪਰ ਮੈਨੂੰ ਤਾਂ 5 ਚਾਹੀਦਾ ਇਹ ਖਤਮ ਨਹੀਂ ਨਹੀਂ ਚਾਹੀਦਾ ਬਾਈ ਤੂੰ ਨੈਕਸਟ ਪਲੱਸ ਦੇ 18 ਮਾਈਨਸ ਦੇ ਦੋ ਕਿੰਨੇ ਬਚ ਗਏ ਪਲੱਸ ਦੇ 16 ਮੈਨੂੰ ਪਲੱਸ ਦਾ 5 ਚਾਹੀਦਾ ਏ ਵੀ ਨਹੀਂ ਚਾਹੀਦਾ ਨੈਕਸਟ ਪਲੱਸ ਦੇ 12 ਮਾਈਨਸ ਦੇ 3 ਕਿਉਂਕਿ ਵੱਡੇ ਅੱਗੇ ਪਲੱਸ ਲਗਾਉਣਾ ਛੋਟੇ ਅੱਗੇ ਮਾਈਨਸ ਤੇ ਕਿੰਨਾ ਬਚ ਗਿਆ ਪਲੱਸ ਦਾ 9 ਚਲੋ ਜੀ ਇਹ ਵੀ ਨਹੀਂ ਚਾਹੀਦਾ ਨੈਕਸਟ ਕੀ ਆ ਗਿਆ ਨੈਕਸਟ ਆ ਗਿਆ ਪਲੱਸ ਦਾ 6 ਮਾਈਨਸ ਦਾ 6 6 ਚ 6 ਕੱਢੇ ਕਿੰਨੀ ਆ ਗਈ 0 ਮੈਨੂੰ ਤਾਂ 5 ਚਾਹੀਦਾ ਇਹ ਵੀ ਨਹੀਂ ਬਣੇਗਾ ਲਾਸਟ ਕੀ ਆ ਗਿਆ ਪਲੱਸ ਦਾ 9 ਹੈ ਤੇ ਮਾਈਨਸ ਦਾ 4 ਹੈ ਤਾਂ ਕਿੰਨਾ ਬਚ ਗਿਆ ਪਲੱਸ ਦਾ 5 ਬਚ ਗਿਆ ਪਲੱਸ ਦਾ 9 ਮਾਈਨਸ ਦਾ 4 ਕਿੰਨਾ ਬਚ ਗਿਆ ਪਲੱਸ ਦਾ 5 ਐਈ ਆਪਾਂ ਨੂੰ ਚਾਹੀਦਾ ਤੇ ਫੇਲ ਸੀ ਇਹ ਆਪਣੇ ਕੋਲ ਕੀ ਹੋ ਗਿਆ ਪਾਸ ਹੋ ਗਿਆ ਆ ਗਿਆ ਆਪਣੇ ਕੋਲ ਹੁਣ ਆਪਾਂ ਇਹ ਕਰਨਾ ਹੈ ਲਿਖਣਾ ਕਿਵੇਂ ਆ ਮੈਂ ਕਿਹਾ ਸੀ ਪਹਿਲਾਂ ਪਿਤਾ ਸ਼੍ਰੀ ਸੇਮ ਕਿੰਨੇ ਆ ਗਏ 6x² ਆ ਗਏ ਮਾਤਾ ਸ਼੍ਰੀ ਸੇਮ ਕਿੰਨੇ ਆ ਗਏ ਮਾਈਨਸ ਦੇ 6 ਦੋ ਆ ਗਏ ਵਿਚਾਲੇ ਕਿੰਨੂੰ ਫਿੱਟ ਕਰਨਾ ਪਲੱਸ ਦੇ 9 ਨੂੰ ਤੇ ਮਾਈਨਸ ਦੇ 4 ਦੇ 9 ਨੂੰ ਤੇ ਦੇ 4 ਨੂੰ ਹੁਣ ਕਾਸਟ ਕੀ ਆ ਕਾਸਟ ਆ x ਤਾਂ ਵੱਡੇ ਬੇਟੇ ਨਾਲ x ਲੱਗ ਗਿਆ ਛੋਟੇ ਨਾਲ ਵੀ ਕੀ ਲੱਗ ਗਿਆ x ਹੋ ਗਿਆ ਕੁਐਸਚਨ ਪੂਰਾ ਹੁਣ ਕੰਮ ਕਿੱਥੇ ਖਤਮ ਖਤਮ ਹੋਏਗਾ ਸਾਂਝਾ ਕੱਢਣਾ ਹੁਣ ਆਪਾਂ ਇਹ ਕੱਢਣਾ ਸਾਂਝਾ ਕੱਢਣਾ ਕਾਮਨ ਕੱਢਣਾ ਤਾਂ ਪਹਿਲਾਂ 6x2 ਨੂੰ ਲਿਖੋ 6x2 ਨੂੰ ਕੀ ਲਿਖੋਗੇ 2 3 x x ਇਸੇ ਤਰੀਕੇ ਨਾਲ ਲਿਖੋਗੇ 8ਵੀਂ ਕਲਾਸ ਦੇ ਵਿੱਚ ਤੁਸੀਂ ਸਿੱਖਿਆ ਸੀ ਇਸ ਤਰੀਕੇ ਨਾਲ ਗੁਣਾ ਕਰਨਾ ਸਾਂਝਾ ਕਰਨਾ ਠੀਕ ਹੈ ਅੱਗੇ ਆ ਗਿਆ 9x 9x ਨੂੰ ਕੀ ਲਿਖੋਗੇ 3 3 ਕੀ ਆ ਗਿਆ x ਆ ਗਿਆ ਇਸੇ ਤਰੀਕੇ ਨਾਲ ਤਿੰਨ ਨੂੰ ਤਿੰਨ ਨਾਲ ਕੀਤਾ 9 9 ਨੂੰ x ਨਾਲ ਕੀਤਾ ਕਿੰਨਾ ਬਣ ਗਿਆ 9x ਸਾਂਝਾ ਕੀ ਆ ਗਿਆ ਇੱਕ ਤਾਂ 3 ਆ ਗਿਆ ਨਾਲ ਕੀ ਆ ਗਿਆ x ਆ ਗਿਆ ਸਾਂਝਾ ਆ ਗਿਆ ਸਾਂਝਾ ਆ ਗਿਆ ਆਪਣੇ ਕੋਲ 3x ਬਾਕੀ ਕੀ ਬਚਿਆ ਇੱਕ ਤਾਂ ਦੋ ਬਚਿਆ ਨਾਲ x ਬਚਿਆ ਤਾਂ ਕਿੰਨਾ ਆ ਗਿਆ 2x ਵਿਚਾਲੇ ਨਿਸ਼ਾਨ ਕਾਦਾ ਪਲੱਸ ਦਾ ਤਾਂ ਆਪਾਂ ਪਲੱਸ ਲਿਖਾਂਗੇ ਥੱਲੇ ਵਾਲੇ ਪਾਸੇ ਕੀ ਬਚਿਆ ਸਿਰਫ 3 ਬਚੇ ਠੀਕ ਹੈ 3 ਬਾਰ ਆ ਗਿਆ x ਬਾਰ ਆ ਗਿਆ ਉੱਪਰ ਕੀ ਬਚਿਆ 2 x ਤਾਂ 2x ਆ ਗਿਆ ਵਿਚਾਲੇ ਪਲੱਸ ਦਾ ਨਿਸ਼ਾਨ ਥੱਲੇ ਕੀ ਬਚਿਆ ਸਿਰਫ 3 ਬਚਿਆ ਹੁਣ ਅਗਲਾ ਸਾਂਝਾ ਕਿਵੇਂ ਕੱਢਦੇ ਸੀ ਆਪਾਂ ਜਿਹੜਾ ਤੀਜੇ ਨੰਬਰ ਤੇ ਹੁੰਦਾ ਉਹਨੂੰ ਆਪਾਂ ਇਹਦੇ ਨਾਲ ਭਾਗ ਕਰਦੇ ਸੀ ਤਾਂ ਆਪਾਂ ਕਿਵੇਂ ਲਿਖਾਂਗੇ ਦੇ 4x ਕਿੰਨਾ ਆ ਗਿਆ 2x ਜਿਹੜਾ ਬ੍ਰੈਕਟ ਦੇ ਅੰਦਰ ਪਹਿਲੇ ਨੰਬਰ ਤੇ ਲਿਖਿਆ ਨਾ ਉਹਦੇ ਨਾਲ ਹੀ ਆਪਾਂ ਇਹ ਕਰਾਂਗੇ ਭਾਗ ਕਰਾਂਗੇ x ਨਾਲ x ਕੱਟਿਆ ਗਿਆ 2 ਦੁਣੀ ਕਿੰਨਾ ਹੁੰਦਾ 4 ਪਰਕਾ ਦਾ ਮਾਈਨਸ ਦਾ ਕਿੰਨਾ ਆ ਗਿਆ ਮਾਈਨਸ ਦਾ 2 ਹੁਣ ਇਹੋ ਜੀ ਚੀਜ਼ ਇੱਥੇ ਸੇਮ ਲਿਖ ਦਿਓ ਕਿੰਨਾ ਆ ਗਿਆ 2x 3 ਆ ਗਿਆ ਇਹ ਦੋਵੇਂ ਸੇਮ ਹੈ ਤਾਂ ਆਪਣਾ ਆਨਸਰ ਕੀ ਜਾ ਰਿਹਾ ਸਹੀ ਜਾ ਰਿਹਾ ਠੀਕ ਹੈ ਹੁਣ ਇੱਕ ਤਾਂ ਅੰਦਰਲੇ ਪਾਸੇ ਆਲੇ ਆ ਗਏ 2x 3 ਇੱਕ ਕੀ ਆ ਗਿਆ ਆਪਣੇ ਕੋਲ 3x 2 ਇੱਕ ਤਾਂ ਇਹਦੇ ਅੰਦਰਲੇ ਪਾਸੇ ਆ ਇਹਨਾਂ ਚੋਂ ਆ ਗਿਆ ਇੱਕ ਆ ਜਿਹੜੇ ਬਾਹਰ ਪਏ ਨੇ ਇਹਨਾਂ ਵਿੱਚ ਆ ਗਿਆ ਠੀਕ ਹੈ ਤਾਂ ਇਹ ਸੌਖਾ ਜਿਹਾ ਟੌਪਿਕ ਸੀ ਤਿੰਨ ਚਾਰ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਜੋ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ 2.4 ਐਕਸਰਸਾਈਜ਼ ਦਾ ਪੰਜਵਾਂ ਹਿੱਸਾ ਪੰਜਵਾਂ ਪਾਗ